ਭਤੀਜਾ ਤੇਰਾ ਤੈਨੂੰ ਫੋਨ ਕਰ ਕਰ ਬੁਲਾ ਰਿਹਾ ਵੀ ਆ ਜਾ ਬੂਆ, ਤੈਨੂੰ ਛੁੱਟੀਆਂ ਹੋ ਗਈਆਂ, ਤੂੰ ਆਪਣੇ ਜਵਾਕਾਂ ਨੂੰ ਲੈ ਕੇ ਆ ਜਾ ਖਾਣਾ ਆਣ ਕੇ ਨੂੰ। ਕਿੰਨਾ ਸੋਹਣਾ ਕਹਿ ਰਿਹਾ ਅੱਜ ਤੇਰੇ ਜਵਾਕ ਤੇਰੇ ਕੋਲ ਆਏ ਨੇ, ਜਵਾਕਾਂ ਲੈ ਕੇ ਆ ਜਾਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਸ਼ਾਮ ਦਾ ਟਾਈਮ ਹੈ ਜੀ, ਸ਼ਾਮ ਦੀ ਰੋਟੀ ਬਣ ਰਹੀ ਆ ਬਈ। ਬਸ ਮੰਮੀ ਕਹਿੰਦੇ ਰੋਟੀ ਖਾ ਲਓ, ਸੱਜ ਰਹੇ ਕਹਿੰਦੇ ਆਪਣੀ ਸੈਰ ਕਰਨ ਜਾਓ। ਮੰਮੀ ਨੇ ਐਲੋ ਨੀ ਕਰੀ, ਉੱਧਰ ਨੂੰ ਕਰਕੇ ਹੈਗਾ ਲਾ ਲਈ। ਕੁੜੀ ਅੜਦੀ ਹੁੰਦੀ ਹੈ, ਇਹਦਾ ਕੁੜੀ ਬੋਲੇ ਬਣਾ ਦੇ ਸ਼ੱਕਰ ਇਸ ਕੇ ਵਿੱਚ ਖਾਣੀ। ਕਮਾਈ ਜੇ ਲਾਲ ਜੀ ਪੀਣ ਖਾਲੀ ਕਰਕੇ ਛੋਟ ਜਿਹੀ ਪੀਤੀ ਮੈਂ ਕੱਢ ਦੇ, ਰੋਜ਼ ਖਾਣੀ ਹੁੰਦੀ ਹੈ ਨਾ, ਪਾਉਂਗੀ 10 ਕਿਲੋ ਅੰਬੀਆਂ ਨਾ ਪਾਉਂਗੀ। ਅੱਜ ਇਹ ਅੰਬੀਆਂ ਵਾਲਾ ਭਾਈ ਆਇਆ, ਮੈਂ ਕਿਹਾ ਜੀ ਮਾੜੇ ਅੰਬੀਆਂ ਵਾਲਾ ਭਾਈ ਆ ਗਿਆ, ਮਾੜੇ ਵਿੱਚ ਕੋਈ ਅੰਬੀਆਂ ਵਾਲਾ ਭਾਈ ਆਇਆ ਨਹੀਂ ਹੈਗਾ। ਮੰਤੀ ਮੈਂ ਤਾਂ ਲਿਆ ਗਏ ਫਿਰ, ਐਂ ਬਸ ਕੰਮ ਨਹੀਂ ਵੇਲੇ ਹੋ ਰਿਹਾ, ਬਸ ਫਟਾਫਟ ਲੈ ਆਣ ਗਿਆ, ਚਾਰ ਹੀ ਪਾ ਲਓ ਬਸ। ਹਾਂ ਹਾਂ ਧੁੱਪ ਲਵਾ ਦਿਓ, ਚਾਰ ਹੀ ਪਾ ਲਓ, ਚਟਨੀ ਕਰਨੀ ਆ ਹਜੇ। ਮਿਰਚਾਂ ਕਹਿੰਦੀ ਲਾਲੀ ਨੂੰ, ਮਿਰਚਾਂ ਲਿਆਈ ਵੀ ਚਟਨੀ ਡਾਲ ਦੇਣਗੇ, ਫਿਰ ਹੋਰ 2 ਸਾਲ ਪੁਰਾਣੀ ਚਟਨੀ ਪਾ ਕੇ ਰੱਖੀ ਮਾਰੀ ਅਸੀਂ ਵਿੱਚ ਕੱਚੀ, 2 ਸਾਲ ਹੋ ਗਏ ਅਤੇ ਸਾਲ ਹੋ ਗਿਆ ਬਸ। ਲੈ ਗਈ ਊਧਮ ਸਿੰਘ, ਖਾ ਰੋਟੀ ਬਣ ਗਈ ਬਸ, ਰੋਟੀ ਲਓ ਜੀ, ਰੋਟੀ ਆਪਣੀ ਬਣ ਗਈ ਬਸ, ਹੁਣ ਖਾ ਲਈਏ ਗਰਮ ਗਰਮ ਰੋਟੀ, ਟਾਈਮ 7 ਵਜੇ। ਮੈਂ ਤਾਂ ਜੂੜਾ ਜਿਹਾ ਕਰਾਂ ਵਾਲਾਂ ਦਾ, ਗਰਮੀ ਬਹੁਤ ਲੱਗ ਰਹੀ ਹੈ। ਲਓ ਜੀ ਹਾਂ ਬਈ, ਕੀ ਹਾਲ ਚਾਲ ਹੈ? ਹਾਂ ਵੀ ਵਧੀਆ, ਲਿਆਏ ਬ੍ਰੈਡ ਭਾਣਜੀ ਦੀ ਫਰਮਾਇਸ਼, ਮੈਂ ਤਾਂ ਕਿਹਾ ਬ੍ਰੈਡ ਸੈਂਡਵਿਚ ਖਾਣੇ ਆ, ਮੈਂ ਕਰ ਮਾਮੂ ਨੂੰ ਫੋਨ ਆਪਣੇ ਨੂੰ, ਦਾਲ ਮੈਂ ਫਰਿੱਜ ਮੈਂ ਰੱਖ ਦਿੱਤੀ ਹਰੀ ਜਿਹੀ ਡੱਬੀ ਮੈਂ ਕੱਢ ਕੇ। ਹਾਂ ਸੱਕਰ ਕਾਲੀ ਰੋਟੀ ਖਾ ਹੋ ਰਹੀ ਹੈ। ਸਾਸਰੀ ਸੁਸਰੀ ਕਾਲ ਮੰਮੀ ਕਹਿੰਦੇ ਭਤੀਜੇ ਕਾ ਵੀ ਫੋਨ ਆ ਲਿਆ,
ਅਰਮਾਨ ਹੋਰ ਬੂਆ ਆ ਜਾ ਆਪਣੇ ਜਵਾਕਾਂ ਨੂੰ ਲੈ ਕੇ ਨਾਨਕਿਆ ਜਵਾਕ ਛੋਟੇ ਜਵਾਕ ਉਹਦੀ ਚੱਕਣੇ ਕਹਿੰਦੇ ਕਿੱਧਰ ਕਿੱਧਰ ਛੁੱਟੀਆਂ ਨਹੀਂ ਹੋਈਆਂ ਬੂਆ ਆ ਜੀ ਕੱਲ ਮੰਮੀ ਕਹਿ ਰਹੀ ਤਾਂ ਪੁੱਛ ਲਿਆ ਹੱਡੀ ਦੁਖੇ ਦੀ ਮੈਂ ਬੂਆ ਕੇ ਟਾਇਰ ਲਵਾ ਦੇ ਬੂਆ ਤੇਰੇ ਟਾਇਰ ਭੇਜਾਂ ਮੈਂ ਆਰਡਰ ਕਰਕੇ ਕਿਸੇ ਨੂੰ ਪੁੱਛਣੇ ਕੀ ਲੋੜ ਨਹੀਂ ਕਾ ਕਿਸੇ ਨੂੰ ਪੁੱਛਣੇ ਕੀ ਲੋੜ ਨਹੀਂ ਮੈਂ ਸਿੱਧੀ ਆ ਕੇ ਬੱਸ ਮੈਂ ਵੱਜੇਗੀ ਟਾਇਰ ਰੁਕਣੇ ਵੀ ਨਹੀਂ ਟਾਇਰ ਫਿਰ ਕਿਆ ਫਿਰ ਹਸੀ ਗਏ ਬਸ ਇਹ ਬੂਆ ਆ ਜੀ ਕੱਲ ਬੂਆ ਜਾਏਗੀ ਕੱਲ ਬੂਆ ਮੁੱਕਰ ਗਈ ਬੂਆ ਮੁੱਕਰ ਗਈ ਸੜਕ ਚੜ ਗਏ ਰੋਟੀ ਖਾ ਕੇ ਭੱਜੇ ਕਰੋ ਬੜੇ ਤਮਾਸ਼ੇ ਲਾਏ ਭੱਜੇ ਜਾਏ ਗਏ ਫਿਰ ਸੜਕ ਲੈ ਫਿਰ ਨਾਨਕੇ ਜਾਣੇ ਵਾਸਤੇ ਲੈ ਰੱਖ ਲੈ ਚੱਲ ਕੋਈ ਨੀ ਨਹੀਂ ਨਹੀਂ ਜਦ ਛੇਵੀਂ ਕਲਾਸ ਛੁੱਟੀਆਂ ਹੋਈਆਂ ਨਾ ਹੁਣ ਪੇਪਰ ਹੋ ਗਏ ਫਰਵਰੀ ਮੈਂ ਛੁੱਟੀਆਂ ਹੋ ਜਾਣੀਆਂ ਫਿਰ ਲਿਆਈ ਠੀਕ ਨੀ ਮੰਮੀ ਮਾਮੀ ਨੂੰ ਕਹਿ ਰਿਹਾ ਮੇਰੀ ਨੂੰ ਲਿਆ ਆਪਣੇ ਕੱਲ ਕੁੱਲੂ ਜੀ ਨੀ ਲੱਗ ਰਿਹਾ ਮਾਮੀ ਬਿਨਾ ਮਾਮੀ ਭਾਈ ਮਾਰੀ ਆਪਣੇ ਪੇਕਿਆਂ ਗਈ ਵੀ ਹੈ ਹੋਰ ਮਾਮੀ ਕਾ ਜਵਾਕ ਗਏ ਛੁੱਟੀਆਂ ਕੱਟਣ ਮੈਂ ਵੀ ਛੁੱਟੀਆਂ ਕੱਟਿਆ ਵਾ ਫਿਰ ਸੱਸ ਛੁੱਟੀਆਂ ਕੱਟਣ ਜਾਏਗੀ ਆਪਣੇ ਜਵਾਕਾਂ ਨੂੰ ਲੈ ਕੇ ਮਾਮੀ ਨਾਲ ਜਿਹੜੀ ਬੋਰ ਹੋ ਰਿਹਾ ਭਾਈ ਖੇਤਾਂ ਵਾ ਹਾਂ ਬੋਰ ਖਰਾਬ ਹੋ ਗਿਆ ਗਰਮੀ ਬਹੁਤ ਹੈ ਬੋਰ ਤਾਂ ਮਿੰਟਾਂ ਮਾ ਖੜ ਜਾ ਹਾਂ ਹੋਰ 3.5 ਲੱਖ ਵੱਧ ਲੱਗ ਗਈ ਜਰਾ ਬੋਰ ਤੇ ਉਹ ਵੀ ਜ਼ਰੂਰੀ ਹੈ ਉਹ ਵੀ ਜ਼ਰੂਰੀ ਹੈ ਉਸ ਤੇ ਬਿਨਾਂ ਜੀਰੀ ਨਹੀਂ ਪਲਦੀ ਕਿਆ ਕਰੇ ਜ਼ਿਮੀਦਾਰ ਹਾਂ ਆਪਣਾ ਕੰਮ ਆਪ ਕਰੋ ਠੀਕ ਹੈ ਚਾਹੇ ਡਿਊਟੀ ਤੋਂ ਆਏ ਕਿ ਮੈਨੂੰ ਆਏ ਤੱਕ ਵੀ ਵਧੀਆ ਗੱਲ ਹੈ ਕਰਨਾ ਚਾਹੀਦਾ ਹੈ ਲਿਆਵਾਂ ਮੈਂ ਘੁੰਮਣ ਨਹੀਂ ਗਈਆਂ ਕਿੱਥੇ ਘੁੰਮਣ ਗਈਆਂ ਅਜੇ ਰੋਟੀਆਂ ਬਣ ਰਹੀਆਂ ਵਾਰੀਆਂ ਜਾਓ ਫੇ ਜਾਓ ਮੈਂ ਨਹਾ ਰਿਹਾ ਹਾਂ ਸਿਰ ਨਹਾ ਰਿਹਾ ਮੈਨੂੰ ਆ ਜਾਂਦਾ ਮੈਂ ਕਿਹਾ ਤੂੰ ਜਾ ਸੋਈ ਜਾ ਮੈਂ ਭੱਜ ਲਈ ਲੋ ਜੀ ਪਚਲੀ ਵਾਦੀ ਵਿੱਚ ਹੁਣ ਰੋਟੀ ਆਪਣੇ ਖਾਈ ਨਹੀਂ ਮੰਮੀ ਨੇ ਰੋਟੀ ਖਾ ਰਹੇ ਨੇ ਮੈਂ ਤਾਂ ਜਿੱਥੇ ਚੱਲਿਆ ਆੜੂ ਤੋੜਨ ਅਤੇ ਨਾਲੇ ਪਾਣੀ ਦੇਣ ਸਬਜ਼ੀਆਂ ਨੂੰ ਸਵੇਰ ਦਾ ਧੁੱਪੇ ਬਹੁਤ ਹੀ ਸਵੇਰੇ ਕਿਹੜੇ ਨਿਕਲੇ ਆ ਹਾਏ ਬਾਹਰ ਮੰਮੀ ਕਹਿੰਦੀ ਜਾ ਸਵੇਰੀ ਮੈਂ ਹੁਣ ਨਹੀਂ ਮੈਂ ਜਾਂਦੀ ਹੈਗੀ ਸ਼ਾਮ ਨੂੰ ਜਾਵਾਂਗੀ ਮੈਂ ਸੁੱਕੇ ਪਏ ਨਾ ਰੋਜ ਪਾਣੀ ਪਾਏ ਕਰੋ ਹੈਂ ਮੀਂਹ ਪੈ ਕੇ ਫਰਕ ਪੈ ਜਾ ਹਲੋ ਜੀ ਬੈਂਗਲ ਆਏ ਪਰ ਸੁੱਕੇ ਪਏ ਹੈ ਇੱਕ ਬੈਂਗਲ ਲੱਗ ਰਿਹਾ ਦੋ ਇੱਕ ਬੈਂਗਲ ਲੱਗ ਰਿਹਾ ਦੋ ਉਹਦੀ ਮਿਰਚਾਂ ਜਮਾਂ ਸੁੱਕੀਆਂ ਪਈਆਂ
ਹੋਰ ਆੜੂਆਂ ਗੱਲ ਤਾਂ ਪੇਡਾ ਭਰਿਆ ਪਿਆ, ਪਰ ਏਡੇ ਏਡੇ ਕੇ ਰਹੇਗੇ ਮੈਨੂੰ ਲੱਗਾ ਕੱਚੇ ਪੱਤੇ ਸਾਰੇ, ਪਾਣੀ ਤਾਂ ਹੈ ਨੀ ਉਸਨੂੰ। ਹਾਂ ਇਹ ਪੱਕੇ ਵੀ ਹੈ, ਹਾਂ ਦੱਬ ਕੇ ਦੇਖ ਬਸ, ਫਿਰ ਪੱਕ ਕੇ ਤੋੜੋ ਇਹਨਾਂ ਨੂੰ। ਹਾਂ ਜਿਹੜੇ ਹਰੇ ਜਿਹੜੇ ਦੱਬ ਕੇ ਤੋੜੇ ਤੇ ਉਹ ਦੇਖੋ ਲਾਲ ਹੋਏ, ਉੱਧਰ ਪਰਾਂ ਜਿਹੜੇ ਲਾਲ ਲਾਲ ਉਹ ਉਹਦੇ ਪਰਾਂ ਲਾਲ ਹੈ, ਅੱਗੇ ਨੂੰ ਕਿਹਾ ਹੋਰ ਵੀ ਵੱਧ ਲੱਗੇਗੇ। ਪਰ ਮਾਰੇ ਵਾਲੇ ਆੜੂ ਕੇ ਕਦ ਕੇ ਮੁੱਕਲੇ, ਲੈ ਲਫਾਫਾ 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 ਲੈ ਜਾ, ਜੋ ਟੰਗਿਆ ਮੇਰੇ ਹੱਥ ਨੂੰ ਲਫਾਫਾ। ਜਾਮਣ ਦੇਖ ਕੇ ਐਡੀ ਬੜੀ ਹੋਈ ਪਈ ਹੈ, ਜਾਮਣ ਜੁੰਮਣ ਤਾਂ ਨੀ ਲੱਗੀਆਂ ਇਹਨੂੰ, ਉਹ ਪਰਾਂ ਹੈ ਉਹਦੇ ਲਾਲ ਜਾ। ਇਹੋ ਜਿਹੇ ਦਿਨ ਤਾਂ ਥੋੜ੍ਹਾ ਬਣਾ ਦੇ ਤਾਕੜਾ, ਥੋੜ੍ਹਾ ਬਣਾ ਕੇ ਫਿਰ ਪਾਣੀ ਖੜਾਏ ਕਰੀਗੇ ਵਿੱਚ। ਹੈਂ ਹਜੇ ਨੀ, ਜਦ ਉਹ ਹੋ ਜਾਏ ਫਿਰ ਛਾਂਗੀ। ਹਾਂ ਜਦ ਮੁੱਕ ਜਾਏਗੇ ਨਾ ਫਿਰ ਛਾਂਗੀ, ਗਾਂ ਫੁੱਟਣੇ ਤੋਂ ਪਹਿਲਾਂ ਹੁਣ ਛਾਂਗਦੀ ਬਸ ਇਹਨੂੰ। ਹਾਂ ਨਿਕਲਣ ਲੱਗ ਗਿਆ, ਰੱਖ ਦੇ ਦੂਸਰੇ ਪਾਸੇ ਲਾ ਦੇ ਹੁਣ। ਆਪਣੇ ਉਰੇ ਮਿੱਟੀ ਰੇਸਲੀ ਹੈ ਜ਼ਿਆਦਾ, ਤਾਂ ਹੀ ਫਿਰ ਲੋ ਜੇ ਜਾਮਣ ਲੱਗੀ ਵੀ ਇੱਧਰ। ਨਿੰਬ ਸਾਰੀ ਨਿੰਬ ਠੀਕ ਪਈ ਹੈ, ਮਾਰੇ ਤਾਂ ਨਿੰਬਾਂ ਉੱਧਰ ਬਹੁਤ ਸੁੱਕ ਗਈਆਂ, ਨਿੰਬਾਂ ਸੁੱਕ ਗਈਆਂ ਐਤਕੀ ਤਾਂ ਬਹੁਤ। ਆਹ ਨਿੰਬ ਠੀਕ ਪਈ ਹੈ, ਅੰਬ ਵੀ ਸੁੱਕ ਗਿਆ। ਹਾਂ ਜੋ ਕਿ ਅਮਰੂਦ ਤਾਂ ਅੰਬ ਤਾਂ ਸੁੱਕ, ਅੰਬ ਵੀ ਸੁੱਕ ਗਿਆ, ਮਾਰੇ ਤਾਂ ਅੰਬ ਚੱਲ ਗਿਆ ਤਾਂ। ਫਿਰ ਮਾਰੇ ਪਾਣੀ ਪਾਈ ਜਾ ਇਹਨਾਂ, ਮੈਂ ਹੁਣ ਸੁੱਕੇਗੇ ਮਾਰੇ ਸਾਰੀ ਚੀਜ਼ਾਂ। ਮੈਂ ਕਰਾਂ ਫੋਨ ਅੱਜ ਵੀ ਮੋਟਰ ਚਲਾ ਕੇ ਪਾਣੀ ਦੇ ਦਿਓ, ਸਾਰੀ ਚੀਜ਼ਾਂ ਨਹੀਂ ਸੁੱਕ ਜਾਣਗੀਆਂ, ਦੋ ਦਿਨ ਹੋ ਗਏ। ਉਹ ਹਾਂ ਜੀ ਤਾਂ ਸੱਚੀ ਗੱਲ, ਜਿਹੜੇ ਲਾਲ ਲਾਲ ਜਿਹੇ ਹੋਵੇ ਪੱਕਿਆਂ ਦੇ ਦੋਨੇ ਪੱਕਿਆਂ, ਇਹਨੂੰ ਐਡੇ ਐਡੇ ਕੇ ਆੜੂ ਲੱਗੇ ਕਰੇਂਗੇ ਬਸ। ਅੱਛਾ ਲਾਈਟ ਭੱਜ ਗਈ, ਹਮੇ ਤਾਂ ਕਿ ਅੱਜ ਜਿੰਦਰ ਕਿਤੇ ਮੰਮੀ ਕੋਲ ਕਿਸੇ ਦਾ ਫੋਨ ਆਇਆ ਹੋਣਾ, ਤਾਂ ਹੀ ਮੰਮੀ ਨੇ ਮੋਟਰ ਬੰਦ ਕਰਤੀ। ਪਰ ਗਏ ਹੁਣ ਤਾਂ ਉਹ ਤੇਰੇ ਕੋਲ ਪੈਂਟ ਵੀ ਕੋਲ ਲੱਗ ਰਹੀ ਤੇਰੀ, ਉਹ ਲੈ ਤੇਰੇ ਆੜੀ ਦਾ ਫੋਨ ਆ ਗਿਆ।
ਤੂੰ ਵੀ ਕੋਲ ਪਾਉਣਾ ਅਮਰ ਪੇਲ ਹੈ ਹਨਾ ਕਿ ਗਲੋ ਕੀ ਪੇਲ ਹੈ ਖੁਸ਼ ਹੋ ਰਿਹਾ ਫੋਨ ਕਰਕੇ ਚਲ ਕਦੇ ਆ ਰਿਹਾ ਪੰਜ ਮਿੰਟ ਕਦੇ ਰੋਕ ਕੇ ਰੱਖੀ ਫਟਾਫਟ ਆ ਗਏ ਬਸ ਕਦੇ ਹਮੇ ਵੀ ਲੈ ਬਈ ਆ ਗਈਆਂ ਹੈ ਫੌਜਾਂ ਬੜੀ ਛੇਤੀ ਆਈਆਂ ਲੈ ਆੜੂ ਟੰਗ ਲੈ ਜਾ ਜਾ ਖਰਾਬ ਹੋ ਰਹੀ ਹੈ ਕਹਿੰਦਾ ਮਾਮੂ ਘਰੇ ਜਾ ਕੇ ਕਰਦੀ ਕਹਿੰਦੇ ਬਾਹਰ ਨਾ ਕਰੀ ਹੈ ਉਦਮ ਕਹਿੰਦੇ ਗਲੀ ਮਾ ਨਾ ਕਰੀ ਘਰੇ ਜਾ ਕੇ ਕਰਦੀ ਕਹਿੰਦੇ ਚੱਲ 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 ਲੈ ਮੰਮੀ ਤੋੜ ਲਿਆ ਆੜੂ ਹਾਂ ਆੜੂ ਪੱਕ ਗਏ ਹੁਣ ਉਹ ਹੈ ਹੋਰ ਮੈਨੂੰ ਠੀਕ ਰਹੇ ਵੀ ਨਹੀਂ ਕਦ ਕੁੜੀ ਆਈ ਕਦ ਆੜੂ ਤੋੜੇਗੀ ਲਾਲ ਲਾਲ ਹੋਏ ਵੀ ਤੇ ਨਾ ਤਿੰਨ ਦਿਨ ਹੱਥ ਲਾ ਕੇ ਦੇਖ ਕੇ ਕਰੇ ਜਿੱਥੇ ਪੱਕ ਗਏ ਆੜੂ ਮੈਂ ਧੋਲੇ ਦੇਖੀ ਖੱਟੇ ਪਏ ਆ ਮਿੱਠੇ ਨੀ ਹੈਗੇ ਮੈਂ ਖਾ ਕੇ ਦੇਖਿਆ ਖੱਟੇ ਪਏ ਆ ਜਦ ਦੁਬਾਰਾ ਲੱਗੂਗੇ ਨਾ ਕਿੰਨੀਆਂ ਕੋਲ ਲੋ ਜੀ ਬੇਬੇ ਸਾਡੀ ਸਪੋਰਟ ਸੂਟ ਪਾਉਂਦੀ ਹੋਈ ਬਥੇਰੇ ਖਾ ਲੈਣੇ ਬਥੇਰੇ ਆ ਮੈਂ ਤੋੜ ਨੀ ਜਿੰਦਰ ਮੈਂ ਕੱਚੇ ਆ ਹਜੇ ਜਾਂ ਪੱਕ ਜਾਈ ਫਿਰ ਤੋੜ ਲਈ ਆ ਜਾ ਆ ਜਾ ਹਮੇ ਭੱਜ ਗਏ ਮੈਂ ਜਿੰਦਰ ਮੈਂ ਦੇਖੀ ਜਾਈ ਮੈਂ ਜਿੰਦਰ ਅੱਗੇ ਲੰਘ ਗਿਆ ਫਿਰ ਫਟਾਫਟ ਮੈਂ ਭੱਜੀ ਫਿਰ ਮੈਂ ਰਲ ਗਈ ਯਾਰ ਹੋਲਾ ਜਾਈ ਉੱਥੇ ਦੇ ਹੁਣ ਜਾ ਫਿਰ ਜਾ ਬਣਾ ਨਾਸਾ ਮਾਰਿਆ ਤੇ ਬਹੁਤ ਮਿੱਠੇ ਦੇ ਫਿਰ ਆੜੂ ਵਰਾਇਟੀ ਵਧੀਆ ਨੀ ਹੈਗੀ ਬਸ
ਚੱਲ ਆ ਜਾ ਹੁਣ ਅਗਲਾ ਵੀ ਬੂਹਾ ਟਾਇਰ ਭੇਜ ਦਵਾਂ ਸਪੈਸ਼ਲ ਹੁਣ ਬੂਹਾ ਬਿਨਾਂ ਟਾਇਰ ਦੇ ਚੱਲੇਗੀ ਇਹਨਾਂ ਦੀ ਅੰਬੀ ਐਡੀ ਐਡੀ ਕੇ ਰਹੇਗੀਆਂ ਬਹੁਤ ਚੜ ਗਈਆਂ ਉੱਪਰ ਉੱਪਰ ਆਈ ਅੱਛਾ ਪਹਿਲੀ ਵਾਰੀ ਲੱਗੀਆਂ ਇੱਥੇ ਛੋਟੀਆਂ ਆ ਚਾਰ ਬੜਾ ਕੰਮ ਗਾ ਪਏਗਾ ਨਿੰਬੂ ਲੱਗ ਰਿਹਾ ਇਹਨਾਂ ਦੇ ਸਿੰਪਣਾ ਵੀ ਦੇਖੀ ਬਾਈ ਪਿੱਛੇ ਪਿੱਛੇ ਮਤਲੀ ਮਤਲੀ ਆ ਰਹੀ ਮੈਨੂੰ ਵੱਢ ਲਈ ਕਹਿ ਲੇਟ ਹੋ ਗਈਆਂ ਚੱਲ ਕੋਈ ਨਹੀਂ ਸਾਈਕਲੀਆਂ ਚਲਾ ਰਹੀਆਂ ਅੰਦਰ ਹੈ ਅੱਛਾ ਨਿਕਲਿਆ ਨਿਕਲਿਆ ਬਾਹਰ ਦੇਖਣ ਆ ਗਈਆਂ